ਪੰਜਾਬ ਸਰਕਾਰ ਨੇ ਇੱਕ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਣ ਦਾ ਫੈਸਲਾ ਲਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਵਿੱਚ ਨਸ਼ੇ ਦੇ ਵਪਾਰੀਆਂ ਦੀ ਮੌਤ ਦੀ ਸਜ਼ਾ ਦਾ ਪ੍ਰਾਵਧਾਨ ਹੈ। ਇਸ ਬਿਆਨ ਉੱਤੇ ਰਾਜਨੀਤਿਕ ਗਰਮਾ ਗਈ ਹੈ। ਪੰਜਾਬ ਦੇ ਸਾਬਕਾ DGP ਸ਼ਸ਼ੀ ਕਾਂਤ ਨੇ ਇਸ ਨੂੰ ਮਹਿਜ਼ ਇੱਕ ਫੁੱਟਬਾਲ ਮੈਚ ਦੱਸਿਆ ਹੈ। ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਪਾਰੀ ਨੂੰ ਮੌਤ ਦੀ ਸਜ਼ਾ ਦੇਣ ਵਾਲਾ ਇੱਕ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਣ ਦਾ ਫੈਸਲਾ ਕੀਤਾ। ਇਸ ਫੈਸਲੇ ਨੂੰ ਲੈ ਕੇ ਸਾਬਕਾ DGP ਸ਼ਸ਼ੀ ਕਾਂਤ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਡਰਾਮਾ ਹੀ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਾਲ ਫੁੱਟਬਾਲ ਦਾ ਮੈਚ ਖੇਡ ਰਹੀ ਹੈ। ਇਸ ਫੈਸਲੇ ਨਾਲ ਉਹਨਾਂ ਨੇ ਮਹਿਜ਼ ਨਸ਼ੇ ਦੀ ਫੁੱਟਬਾਲ ਵਾਲੀ ਗੇਂਦ ਕੇਂਦਰ ਸਰਕਾਰ ਦੇ ਪਾਸੇ ਗੇ ਦਿੱਤੀ ਹੈ। ਉਹਨਾਂ ਕਿਹਾ ਕਿ ਨਸ਼ੇ ਨੂੰ ਲੈ ਕੇ ਜੋ ਪਹਿਲਾ ਕਾਨੂੰਨ ਬਣਾਇਆ ਹੋਇਆ ਉਹ ਹੀ ਕਾਫੀ ਹੈ, ਬਸ ਉਸ ਨੂੰ ਸਹੀ ਲਾਗੂ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ। ਔਰ ਪੰਜਾਬ ਸਰਕਾਰ ਕੋ ਲਗਤਾ ਹੈ ਕਿ ਉਹਨਾਂ ਨੇ ਜੋ ਹੈ ਭਾਰਤ ਸਰਕਾਰ ਕੇ ਪਾਲੇ ਮੇ ਫੇਂਕ ਦਿਆ ਹੈ। ਅਬ ਇੱਕ ਚਲ ਜਾਏਗੀ ਦੋਨੋਂ ਕੇ ਬੀਚ ਮੇ ਟੈਗ ਆਫ ਵਾਰ। ਪੰਜਾਬ ਸਰਕਾਰ ਕਹੇਗੀ ਸੈਂਟਰ ਫੈਸਲਾ ਨਹੀਂ ਕਰ ਰਿਹਾ, ਸੈਂਟਰ ਕਹੇਗਾ ਪੰਜਾਬ ਸਰਕਾਰ ਕੇ ਗਲਤੀ ਹੈ, ਉਹਨਾਂ ਨੇ ਫੈਸਲਾ ਨਹੀਂ ਲੈ ਸਕਤੇ ਹਮ ਉਨਕੋ ਆਪਣਾ ਕਰਨਾ ਚਾਹੀਏ। ਤੋ ਬੇਸਿਕਲੀ ਯੇ ਵਾਲਾ ਤੋ ਮੈਂ ਸਮਝਤਾ ਹੂੰ ਇੱਕ ਸਿਰਫ ਇੱਕ ਦਿਖਾਵਾ ਜੈਸੇ ਥਾ, ਜਿਸਕਾ ਕਿ ਬਹੁਤ ਹੀ ਕੋਈ ਕੋਂਕ੍ਰੀਟ ਅਸਰ ਨਹੀਂ ਪੜਨੇ ਵਾਲਾ ਹੈ। ਕਾਨੂੰਨ ਮੇਂ ਸੰਸ਼ੋਧਨ ਕਰਨਾ ਇਤਨਾ ਆਸਾਨ ਕਾਮ ਨਹੀਂ ਹੈ, ਇਟਸ ਅ ਲੌਂਗ ਪ੍ਰੋਸੈਸ। ਔਰ ਦੂਸਰੀ ਬਾਤ ਇਸ ਮੇਂ ਕਹਿ ਰਹੇ ਹੈ ਕਿ ਜੋ ਕਾਨੂੰਨ ਹੈ ਐਗਜ਼ਿਸਟਿੰਗ ਕਾਨੂੰਨ ਹੈ ਜੋ ਡਰੱਗ ਸਮਗਲਰ ਸੇ ਖਿਲਾਫ, ਡਰੱਗ ਪੈਡਲਰ ਸੇ ਖਿਲਾਫ ਔਰ ਈਵਨ ਜੋ ਐਡਿਕਟਸ ਹੈ ਉਨਕੇ ਖਿਲਾਫ ਕਾਫੀ ਹੈ, ਦੇ ਆਰ ਸਫੀਸ਼ੀਐਂਟ। ਔਰ ਜੋ ਜੁਡੀਸ਼ਰੀ ਹਮਾਰੀ ਹੈ ਵੋ ਵੀ ਇਸ ਮੁੱਦੇ ਪੇ ਸਤਰਕ ਹੈ। ਮੈਨੇ ਦੇਖਿਆ ਪਿਛਲੇ ਦਿਨੋਂ ਹਾਈ ਕੋਰਟ ਵਗੈਰਾ ਮੇਂ ਜਹਾਂ ਪਰ ਕਿ ਹਾਈ ਪ੍ਰੋਫਾਈਲ ਕੇਸਿਸ ਵੀ ਜਾ ਰਹੇ ਹੈ, ਤੋ ਹਾਈ ਕੋਰਟ ਵੀ ਬੜਾ ਇੱਕ ਸਟ੍ਰਿਕਟ ਵਿਊ ਇਸ ਮੇਂ ਲੈ ਰਹੀ ਹੈ। ਆਈ ਪਰਸਨਲੀ ਫੀਲ ਕਿ ਜੋ ਕਾਨੂੰਨ ਹੈ ਨਸ਼ੇ ਕੇ ਵਿਰੁੱਧ ਅੱਜ ਕੀ ਤਾਰੀਖ ਮੇਂ ਦੇ ਆਰ ਆਲ ਐਨਫ, ਕਾਫੀ ਹੈ। ਔਰ ਦੂਸਰਾ ਅਗਰ ਮੌਤ ਕੀ ਸਜ਼ਾ ਵੀ ਮਿਲਣੀ ਸ਼ੁਰੂ ਹੋ ਜਾਤੀ ਹੈ ਤੋ ਦੈਟਸ ਆਲਸੋ ਆਲ ਰਾਈਟ। ਹਾਲਾਂਕਿ ਇਸ ਖਿਲਾਫ ਇੱਕ ਜਿਹਾਦ ਵੀ ਖੜਾ ਹੋ ਜਾਏਗਾ, ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਹਨਾਂ ਨੇ ਸ਼ੋਰ ਮਚਾਉਣਾ ਸ਼ੁਰੂ ਕਰ ਦੇਣਾ ਹੈ, ਇੰਟਰਨੈਸ਼ਨਲ ਜੋ ਹਿਊਮਨ ਰਾਈਟਸ ਆਰਗਨਾਈਜੇਸ਼ਨ ਹੈ ਉਨਮੇਂ ਸੇ ਕੁਛ ਨੇ ਵਿਰੋਧ ਕਰਨਾ ਸ਼ੁਰੂ ਕਰ ਦੇਣਾ ਹੈ। ਤੋ ਸਰਕਾਰ ਕੋ ਚਾਹੀਏ ਥਾ ਕਿ ਜੋ ਕਰੰਟ ਕਾਨੂੰਨ ਹੈ ਉਨਮੇਂ ਹੀ ਅਨੁਸਾਰ ਹੀ ਇਨ ਲੋਗੋਂ ਕੋ ਪਕੜਾ ਜਾਏ। ਅਬ ਆਤਾ ਹੈ ਸਵਾਲ ਕਿਸ ਕੋ ਪਕੜਾ ਜਾਏ, ਜੋ ਪੰਜਾਬ ਕੇ ਜੋ ਡਰੱਗ ਬੈਰਨਸ ਹੈ, ਜੋ ਡਰੱਗ ਲੋਰਡਸ ਹੈ, ਉਨਕੇ ਬਾਰੇ ਹੈ ਪੰਜਾਬ ਕੇ ਬੱਚੇ ਬੱਚੇ ਕੋ ਪਤਾ ਹੈ ਕੌਣ ਹੈ, ਅਕਰੋਸ ਦਾ ਸਪੈਕਟ੍ਰਮ ਸਭ ਜਗ੍ਹਾ ਬੈਠੇ ਹੋਏ ਹੈ। ਔਰ ਸਰਕਾਰ ਕੇ ਪਾਸ ਅਗਰ ਇੱਛਾ ਸ਼ਕਤੀ ਹੋਤੀ, ਪੰਜਾਬ ਸਰਕਾਰ ਕੇ ਪਾਸ ਗਟਸ ਹੋਤੀ, ਹਿੰਮਤ ਹੋਤੀ, ਤੋ ਉਨਕੋ ਪਕੜ ਕੇ ਅੰਦਰ ਕਰਤੀ, ਫੌਰਨ ਹੀ ਡਰੱਗ ਕੀ ਸਪਲਾਈ ਜੋ ਹੈ ਉਸ ਪਰ ਇੱਕ ਇਮੀਡੀਏਟ ਰੋਕ ਲੱਗ ਸਕਤੀ ਥੀ। ਹਾਲਾਂਕਿ ਇਸ ਕੀ ਔਰ ਵੀ ਬਹੁਤ ਸਾਰੇ ਪਹਿਲੂ ਹੈ, ਡੀ ਐਡਿਕਸ਼ਨ, ਉਨਕਾ ਰਿਹੈਬਿਲਿਟੇਸ਼ਨ, ਕਾਉਂਸਲਿੰਗ, ਸਪੋਰਟਸ, ਅਵੇਅਰਨੈਸ ਵਗੈਰਾ ਵਗੈਰਾ। ਔਰ ਸਾਥ ਮੇਂ ਵੀ ਹੋ ਸਕਤਾ ਹੈ ਇਮੀਡੀਏਟਲੀ ਅਗਰ ਡਰੱਗ ਸਪਲਾਈ ਰੋਕਤੀ ਹੋ ਸਕਤਾ ਹੈ ਕਾਫੀ ਸਾਰੇ ਵਿਦਡਰੋਲ ਸਿਮਟਮਸ ਹੋਤੇ ਉਸਕੇ ਕਾਰਨ ਕਰਕੇ ਹੈਲਥ ਕੀ ਪ੍ਰੋਬਲਮਸ ਵੀ ਹੋ ਜਾਏ। ਦੂਸਰਾ ਜੋ ਫੈਸਲਾ ਸਰਕਾਰ ਕੀ ਔਰ ਸੁਬਹਾ ਵੋ ਹੈ ਕਿ ਸ਼ਾਇਦ 45,000 47,000 ਜਾਂ ਪਤਾ ਨਹੀਂ ਕਿਤਨੇ ਜੋ ਸਾਬਕਾ ਫਾਰਮਰ ਜੋ ਪੁਲਿਸ ਕਰਮਚਾਰੀ ਹੈ ਕਾਂਸਟੇਬਲਸ ਲੈ ਕੇ DIG ਲੈਵਲ ਤੱਕ ਕੇ ਉਨਕੋ ਉਨਕੀ ਮਦਦ ਲਈ ਜਾਏ। ਹਾਂ ਇਹ ਫੈਸਲਾ ਅੱਛਾ ਹੈ, ਬਹੁਤ ਅੱਛਾ ਫੈਸਲਾ ਹੈ। ਜੈਸੇ ਮੈਂ ਕਹਿ ਚੁੱਕਾ ਹੂੰ ਟੌਪ ਲੈਵਲ ਕੇ ਜੋ ਸਮਗਲਰਸ ਹੈ ਜਿਨਕੋ ਡਰੱਗ ਬੈਰਨਸ ਕਹਤੇ ਹੈ, ਲੋਰਡਸ ਕਹਤੇ ਹੈ, ਉਨਕੇ ਬਾਰੇ ਮੇਂ ਤਾਂ ਬੱਚੇ ਬੱਚੇ ਕੋ ਪਤਾ ਹੈ। ਪਰ ਸਰਕਾਰ ਕੀ ਔਰ ਸੇ ਇੱਛਾ ਸ਼ਕਤੀ ਕਭੀ ਨਹੀਂ ਰਹੀ ਕਿ ਉਨਕੋ ਪਕੜਾ ਜਾ ਸਕੇ। ਪਰ ਜੋ ਮਿਡਲ ਔਰ ਲੋਅਰ ਲੈਵਲ ਹੈ ਉਸਕੀ ਇਨਫੋਰਮੇਸ਼ਨ ਐਸੇ ਜੋ ਰਿਟਾਇਰਡ ਇੰਪਲੋਈਜ਼ ਹੈ ਪੰਜਾਬ ਪੁਲਿਸ ਕੇ ਉਨਕੇ ਪਾਸ ਆਮ ਸ਼ਿਓਰ ਇਸ ਦੇਅਰ, ਕਿਉਂਕਿ ਉਹ ਇੱਕ ਕਟਿੰਗ ਐਜ ਪੇ ਕਾਮ ਕਰ ਚੁੱਕੇ ਹੈ ਔਰ ਉਸ ਲੋਕ ਜਿਸ ਵੀ ਏਰੀਆ ਮੇਂ ਕਾਮ ਕੀਏ ਉਸਮੇਂ ਜੋ ਵਹਾਂ ਪੇ ਜੋ ਇੰਟਰੀ ਕੇਸਿਸ ਹੈ, ਜੋ ਲੂਪ ਹੋਲਸ, ਜੋ ਵਿਅਕਤੀ ਉਨਕੇ ਬਾਰੇ ਪਤਾ ਹੈ। ਪਰ ਫਿਰ ਵਹਾਂ ਪੇ ਬਾਤ ਵਹੀ ਆ ਜਾਏਗੀ
क्या सरकार के पास इन्फॉर्मेशन लेने के बाद भी इच्छा शक्ति होगी कि उन मिडिल और लोअर लेवल के लोग जो हैं उनको पकड़ें?